ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਭਰ ਵਿੱਚ ਲਾਕਡਾਊਨ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਕਰਫਿਊ ਜਾਰੀ ਹੈ। ਕੋਰੋਨਾ ਵਾਇਰਸ ਦੀ ਮਾਰ ਹੁਣ ਕਿਸਾਨਾਂ ਤੇ ਵੀ ਪੈ ਰਹੀ ਹੈ। ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੁਆਰਾ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਕਣਕ ਦੀ ਵਢਾਈ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਸੀ, ਪਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪੰਜਾਬ ਦੇ ਜਨਰਲ ਸਕੱਤਰ ਓਮਕਾਰ ਸਿੰਘ ਅਗੌਲ ਨੇ ਕਿਹਾ ਕਿ ਇਸ ਸਮਾਂ ਕਿਸਾਨਾਂ ਨੂੰ ਰਾਹਤ ਨਹੀਂ ਆ ਰਿਹਾ। ਉਹਨਾਂ ਦੇ ਕਹਿਣੇ ਕਿ ਸਰਕਾਰ ਇਸ ਦਾ ਸਮਾਂ ਰਾਤ ਦਾ ਕਰੇ, ਰਾਤ ਨੂੰ ਕਣਕ ਦੀ ਵਢਾਈ ਵਧੀਆ ਢੰਗ ਨਾਲ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ਦੀ ਕੋਈ ਪਾਲਿਸੀ ਨਹੀਂ ਬਣਾਈ ਗਈ, ਜਿਸ ਕਰਕੇ ਕਿਸਾਨ ਇਸ ਵਾਰ ਖੱਜਲ ਖਵਾਰ ਹੋਵੇਗਾ। ਦੇਖੋ ਇਹ ਗੱਲਾਂ ਕਹਿਣ ਦੀਆਂ ਨੇ, ਅਜੇ ਤੱਕ ਇਹ ਪਾਲਿਸੀ ਕਲੀਅਰ ਨਹੀਂ ਕੀਤੀ, ਨਾ ਤਾਂ ਸੈਂਟਰ ਲੜ ਫੜ ਨੂੰ ਤਿਆਰ ਹੈ। ਇਹ ਰਿਕਮੈਂਡੇਸ਼ਨ ਲਈ ਜ਼ਰੂਰ ਕਹਿ ਰਹੇ ਨੇ ਵੀ ਅਸੀਂ ਸੈਂਟਰ ਨੂੰ ਰਿਕਮੈਂਡੇਸ਼ਨ ਲਈ ਭੇਜਿਆ, ਇਸੇ ਤਰ੍ਹਾਂ ਹਰਿਆਣੇ ਵਾਲੇ ਵੀ ਕਹਿ ਰਹੇ ਨੇ, ਪਰ ਗੱਲ ਇਹ ਹੈ ਵੀ ਜਦੋਂ ਤੱਕ ਇਹ ਗੱਲ ਕਲੀਅਰ ਨਹੀਂ ਹੁੰਦੀ ਵੀ ਹਾਂ 200 ਰੁਪਈਆ ਦਿੱਤਾ ਜਾਊਗਾ, ਉਦੋਂ ਤੱਕ ਅਸੀਂ ਕਿੱਦਾਂ ਮੰਨ ਲਾਂਗੇ, ਕਿਸਾਨ ਕਿੱਦਾਂ ਭਰੋਸਾ ਕਰ ਲੇਗਾ। ਸੋ ਇਹ ਗੱਲਾਂ ਤਾਂ ਹਵਾਈ ਗੱਲਾਂ ਅਸੀਂ ਕਹਿ ਸਕਦੇ ਹਾਂ। ਇਸ ਮੌਕੇ ਜਿਹੜੀ ਚਿੰਤਾ ਉਹ ਸਭ ਨਾਲੋਂ ਵੱਡੀ ਲੇਬਰ ਦੀ ਹੈ, ਲੇਬਰ ਕਿਉਂਕਿ ਆ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਰੇਲ ਗੱਡੀਆਂ ਬੰਦ ਨੇ, ਬੱਸਾਂ ਬੰਦ ਨੇ, ਅਤੇ ਬਾਹਰੋਂ ਲੇਬਰ ਨਹੀਂ ਆ ਰਹੀ, ਅਤੇ ਇੱਥੇ ਵਾਲੀ ਜਿਹੜੀ ਲੇਬਰ ਹੈ ਉਹ ਸਾਡੀ ਮਨਰੇਗਾ ਦੇ ਤਹਿਤ ਉਹਨਾਂ ਨੂੰ ਦਿਹਾੜੀ ਮਿਲਦੀ ਹੈ। ਸਰਕਾਰ ਨੂੰ ਚਾਹੀਦਾ ਵੀ ਜਿਹੜੇ ਮਨਰੇਗਾ ਵਾਲੇ ਮਜ਼ਦੂਰ ਨੇ ਉਹਨਾਂ ਨੂੰ ਕਿਸਾਨਾਂ ਦੇ ਖੇਤਾਂ 'ਚ ਕੰਮ ਕਰਨ ਲਈ ਕਿਹਾ ਜਾਵੇ, ਅਤੇ ਨਾਲ ਸਰਕਾਰ ਉਹਨਾਂ ਨੂੰ ਪੇ ਕਰੇ, ਅਤੇ ਨਾਲ ਇਹ ਹੈ ਵੀ ਕੁਛ ਨਾ ਕੁਛ ਕਿਸਾਨ ਵੀ ਦੇ ਸਕਦੇ ਨੇ ਆਪਾਂ ਉਹਨਾਂ ਦੀ ਮਦਦ ਦੇ ਲਈ। ਨਹੀਂ ਅਸੀਂ ਸਹਿਮਤ ਨਹੀਂ, ਅਸੀਂ ਸਹਿਮਤ ਹਾਂ, ਜਦੋਂ ਸਹੁੰ ਚੱਕ ਕੇ ਉਹ ਨਹੀਂ ਕੀਤਾ, ਅਸੀਂ ਗੱਲ ਸਹਿਮਤ ਤਾਂ ਪਹਿਲਾਂ ਸਹੁੰ ਚੱਕੀ ਸੀ ਇਹਨਾਂ ਨੇ ਵੀ ਕਿਸਾਨਾਂ ਦਾ, ਮੈਂ ਅਸੀਂ ਕਰਜ਼ਾ ਮਾਫ਼ ਕਰਾਂ ਨੇ, ਕਿਹੜਾ ਕਰਜ਼ਾ ਮਾਫ਼ ਹੋਇਆ? ਕਿਸਾਨ ਹੁਣ ਸੰਘਰਸ਼ ਵੀ ਲਿਖ ਸਕਦੇ ਨੇ। ਹਾਂ ਜੀ ਕਰ ਸਕਦੇ ਨੇ, ਪਰ ਸਮਾਂ ਰੱਬ ਨੂੰ ਮਾੜਾ ਸਮਾਂ ਚੱਲ ਰਿਹਾ, ਅਸੀਂ ਨਾ ਕਹਿੰਦੇ ਨਹੀਂ ਭਾਈ, ਪਰ ਇਹ ਨਿਕਲੋ, ਇਹਦਾ ਹੱਲ ਹੋਣਾ ਚਾਹੀਦਾ।